वाहेगुरु जी का खालसा वाहेगुरु जी की फतेह। इस वक्त गुरुद्वारा शहीद गंज साहिब विखे मौजूद है वड्डी गिणती दे विच संगतां इस दर ते आके नतमस्तक हुंदियां हैगियां ने। सो दिन ऐतवार की जेकर गल कर लिए संगतां इत्थे चपहरे दे विच हाजरियां भरन आउंदियां ने। चपहरे दे विच पहले जपजी साहिब के पंज पाठ हुंदे ने, दो चौपाई साहिब दे हुंदे ने, उस तो बाद 15 मिनट संगतां इंतजार करदियां ने। 2 बजे सुखमनी साहिब के पाठ आरंभ हुंदे ने, 6 पौड़ियां आनंद साहब उपरंत अरदास हो के संगतां दे विच देग वरताई जाती है। सो वड्डी गिणती दे विच संगतां दा ठाठा मारदा एक खट हर बार वेखन नूं मिलदा हैगा। सो इह तस्वीर देखो जिथे संगतां गुरद्वारा शहीद साहिब दे पार्किंग दे विच बैठिया होईयां ने, क्योंकि संगतां दा इकट्ठ इन्ना कि देखण नूं मिलदा हैगा कि गुरद्वारा साहिब दे अंदर जगह घट पैन करके संगतां लई पार्किंग दे विच इंतजाम कर दिते जांदे आ। सो बाकी गल कर लईए तां कार सेवा भूरी वाले कश्मीर सिंह जी उन्हां वल्लों वी इमारतां तैयार कीतियां जा रहियां ने होर कि संगतां वध चढ़ के सहयोग दे सकन। सो इस नूं लैके तुसीं देख सकते हो कि सेवादारां वल्लों भी किसी भी तरह के किसी भी प्रबंध के कमी नहीं आन दी जाती। जेकर गर्मी आ तो सेवादार संगतां लई पक्खियां चल रहे ने, जेकर गर्मी आ तो दूजे पासे छबीलां ते मिठे जल ते सादे जल दियां सेवा कीतियां जा रही है ने। खाण पीन नूं लैके अलग अलग किस्मां दे लंगर लगाए गए हुए ने। सो जरूर जिहड़े सेवादार इत्थे अज सेवा करते पए ने उन्हां नाल असीं गलबात करन दी जरूर कोशिश करांगे। मेरे वाहिगुरू जी के खालसा वाहिगुरू जी की फतेह। अबे ਸਵੇਰ ਸੇਵਾ ਕਰ ਰਹੇ ਹੋ ਹਰ ਐਤਵਾਰ ਕਰਦੇ ਹੋ? ਹਾਂਜੀ ਹਾਂਜੀ ਲਗਾਤਾਰ ਪੰਜਵਾਂ ਛੇਵਾਂ ਸਾਡਾ ਹੋ ਗਿਆ ਆ। ਆਪਾਂ ਐਨ ਜੀ ਓ ਚਲਾਉਂਦੇ ਹਾਂ ਤਾਂ ਯੂਥ ਪਾਵਰ ਗਰੁੱਪ ਹੈਲਪ ਕਰਦੇ ਹਾਂ ਹਰ ਇੱਕ ਦੀ, ਜਿੱਦਾਂ ਮਤਲਬ ਜਿੰਨਾ ਸਾਡੇ ਕੋਲ ਅਫੋਰਡੇਬਲ ਹੁੰਦਾ ਆ। ਸਾਡੇ ਨਾਲ ਮਤਲਬ ਮੇਰੇ ਪਾਪਾ ਜਿਹੜੇ ਉਹ ਵੀ ਚਲਾਉਂਦੇ ਆ, ਉਹਦੇ ਡੇਰਾ ਬਾਬਾ ਨਾਨਕ, ਬਾਹਰ ਦੇ ਬੰਦੇ ਵੀ ਜੁੜੇ ਹੋਏ ਆ। ਉਸ ਹਿਸਾਬ ਨਾਲ ਫਿਰ ਜਿੰਨਾ ਸਾਡਾ ਫੰਡ ਜੁੜਦਾ ਉਸ ਹਿਸਾਬ ਨਾਲ ਹੀ ਹੈਲਪ ਕਰ ਦਿੰਦੇ। ਸੰਗਤਾਂ ਦੇ ਸਹਿਯੋਗ ਨਾਲ ਕਰਦੇ ਹੋ ਸਾਰਾ ਕੁਝ? ਹਾਂਜੀ ਹਾਂਜੀ ਬਿਲਕੁਲ ਜੀ। ਜਿੱਦਾਂ ਕਿ ਮਹੀਨਾ ਸਾਨੂੰ ਹੋ ਗਿਆ, ਪਹਿਲਾਂ ਅਸੀਂ ਗਰਮੀਆਂ ਸੀ ਉਦੋਂ ਅਸੀਂ ਜਲ ਦਾ ਤੇ ਲੱਸੀ ਦਾ ਲਾਉਂਦੇ ਹਾਂ, ਲੰਗਰ ਲਾਉਂਦੇ ਹਾਂ। ਹੁਣ ਅਸੀਂ ਸਰਦੀਆਂ ਆਉਂਦੀਆਂ ਸੋ ਸਾਨੂੰ ਵੀ ਚਲੋ ਠੰਡ ਦਾ ਮੌਸਮ ਹੋ ਗਿਆ ਵਾ ਅਤੇ ਅਸੀਂ ਹੁਣ ਚਾਹ ਦਾ ਪ੍ਰਬੰਧ ਕਰੀਏ। ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਪ੍ਰੋਗਰਾਮ ਚੱਲਣ ਦਿਆ ਵਾ। ਸੋ ਸਾਨੂੰ ਇਹੋ ਹੀ ਆ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਗਾਂ ਇਸ ਤੋਂ ਵੀ ਵਧੀਆ ਕੋਸ਼ਿਸ਼ ਕਰਾਂਗੇ ਜਿੰਨੀ ਘਰ ਨੂੰ ਮਹਾਰਾਜ ਬਲ ਬਖਸ਼ਣਗੇ। ਸੋ ਅੱਜ ਅਸੀਂ ਚਾਹ ਦਾ ਲੰਗਰ ਲਾਇਆ ਵਾ, ਪਹਿਲੀ ਵਾਰੀ ਅੱਜ ਅਸੀਂ ਆਹ ਮਹੀਨੇ ਦਾ ਲਾਸਟ ਆ, ਅਸੀਂ ਪਹਿਲੀ ਵਾਰੀ ਟਰਾਈ ਕੀਤਾ ਵਾ ਅੱਜ ਅਤੇ ਕਿਰਪਾ ਗੁਰੂ ਮਹਾਰਾਜ ਦੀ ਕਿਰਪਾ ਹੀ ਬਹੁਤ ਵਧੀਆ ਚੱਲ ਰਿਹਾ ਵਾ। ਸੋ ਅੱਗੇ ਵੀ ਅਸੀਂ ਚਾਹ ਦਾ ਲੰਗਰ ਲਾਵਾਂਗੇ, ਹੋ ਸਕਿਆ ਨਾਲ ਅੱਜ ਬਿਸਕੁਟ ਵਰਤਾਏ ਆ, ਨਾਲ ਅਸੀਂ ਗਾਂ ਕੋਈ ਵਧੀਆ ਬਾਬਾ ਜੀ ਦੀ ਕਿਰਪਾ ਦੇ ਨਾਲ, ਸੇਵਾਦਾਰਾਂ ਦੀ ਕਿਰਪਾ ਦੇ ਨਾਲ, ਸੰਗਤ ਦੀ ਕਿਰਪਾ ਦੇ ਨਾਲ ਵਧੀਆ ਅਸੀਂ ਆਪਣਾ ਪ੍ਰਯੋਗ ਕਰਾਂਗੇ। ਸੋ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਐਤਵਾਰ ਇੱਥੇ ਆਓ ਜੀ, ਗੁਰੂ ਦੇ ਨਤਮਸਤਕ ਹੋ ਆ ਕੇ। ਸ਼ਹੀਦਾਂ ਸਾਹਿਬ ਬਹੁਤ ਜ਼ਿਆਦਾ ਸੰਗਤ ਦੂਰਾਂ ਦੂਰਾਂ ਤੋਂ ਜੁੜੀ ਆ। ਸੋ ਸਾਨੂੰ ਇਹ ਬਹੁਤ ਖੁਸ਼ੀ ਆ ਕਿ ਸੰਗਤ ਸਾਡੇ ਨਾਲ ਜੁੜੀ ਆ, ਗੁਰੂ ਮਹਾਰਾਜ ਨਾਲ ਜੁੜੀ ਆ। ਇੱਦਾਂ ਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਵਡਭਾਗਾ ਸਮਝਦੇ ਹੋ ਆਪਣੇ ਆਪ ਨੂੰ ਜਦੋਂ ਇਸ ਦਰ 'ਤੇ ਸੇਵਾ ਕਰਨ ਦਾ ਮੌਕਾ ਮਿਲ? ਅਸੀਂ ਤਾਂ ਬਸ ਜੀ ਵੇਖੋ ਗੁਰੂ ਦੇ ਲਾਡ ਲੱਗੇ ਹਾਂ, ਅਸੀਂ ਤਾਂ ਮੈਂ ਕਹਿੰਦਾ ਕਿ ਬਹੁਤ ਹੀ ਜ਼ਿਆਦਾ ਕਰਮਾਂ ਵਾਲੇ ਆਪਾਂ ਨੂੰ ਸਮਝਦੇ ਆ ਕਿ ਗੁਰੂ ਨੇ ਸਾਨੂੰ ਇੱਕ ਹਿਸਾਬ ਦਾ ਕਿ ਬਹੁਤ ਛੋਟਾ ਮੌਕਾ ਵਾ ਇਹ, ਅਸੀਂ ਕੁਛ ਵੀ ਨਹੀਂ ਕਰਨੇ, ਜੋ ਕਰਾਉਂਦਾ ਗੁਰੂ ਮਹਾਰਾਜ ਕਰਵਾਉਣ ਦਿਆ ਵਾ, ਅਸੀਂ ਕਰਨ ਵਾਲੇ ਕੌਣ ਆ? ਵੇਖੋ ਜੀ ਗੁਰੂ ਮਹਾਰਾਜ ਬਲ ਬਖਸ਼ਣ ਦਿੰਦਾ ਵਾ ਅਤੇ ਅਸੀਂ ਚਲੋ ਆਪਣੇ ਆਪਣੀ ਹਿੰਮਤ ਕਰ ਲਈ ਦੀ ਆ ਜੀ। ਵੇਖੋ ਗੁਰੂ ਮਹਾਰਾਜ ਨੇ ਲਾੜ ਫੜਾਇਆ ਵਾ ਅਤੇ ਅਸੀਂ ਲੱਗੇ ਹਾਂ, ਜੋ ਜੋ ਮਹਾਰਾਜ ਸੇਵਾ ਲਈ ਜਾਊਗਾ ਅਸੀਂ ਦੇਈ ਜਾਵਾਂਗੇ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਇੱਥੇ ਵੀਰ ਆਇਆ ਕਰਨ, ਸੇਵਾ ਕਰੋ, ਗੁਰੂ ਮਹਾਰਾਜ ਦਾ ਨਾਂ ਲਓ ਅਤੇ ਚੰਗੇ ਰਸਤੇ ਪਓ, ਨਸ਼ਾ ਨੁਸ਼ਾ ਛੱਡੋ ਅਤੇ ਆਹ ਕੰਮਾਂ ਨੂੰ ਪਓ। ਕੀ ਨਾਮ ਵੀਰੇ ਤੁਹਾਡਾ? ਕਰਮਵੀਰ ਸਿੰਘ ਸਰ। ਕਿੰਨੇ ਸਾਲਾਂ ਤੋਂ ਸੇਵਾ ਨਿਭਾ ਰਹੇ? ਨਹੀਂ ਸਰ, ਹਲੇ ਆਪਾਂ ਨੂੰ ਐਨ ਜੀ ਓ ਨੂੰ ਸਟਾਰਟ ਹੋਏ ਨੂੰ ਹਲੇ ਮੰਥ 2 ਮੰਥ ਹੀ ਹੋਏ ਹਲੇ। ਹਾਂਜੀ ਹਾਂਜੀ। ਕਿੰਨਾ ਕੁ ਵਧੀਆ ਲੱਗਦਾ ਇਸ ਜਗ੍ਹਾ 'ਤੇ ਤੁਸੀਂ ਹੁਣ ਸੇਵਾ ਕਰ ਰਹੇ ਹੋ, ਨਾਲ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ, ਸੰਗਤਾਂ ਦੇ ਵਿੱਚ ਵਿਚਰਦੇ ਹੋ, ਸੋ ਕਿੱਦਾਂ ਦਾ ਲੱਗਦਾ? ਸਰ ਆਪਾਂ ਨੂੰ ਚਲੋ ਆਪਾਂ ਨੂੰ ਵੱਡੇ ਭਰਾਵਾਂ ਨੇ ਲੜ ਲਾਇਆ, ਗੁਰੂ ਦੇ ਇੱਦਾਂ ਹੀ ਲਗਾਇਆ ਵਾ ਕਿ ਸਾਨੂੰ ਵਧੀਆ ਰਸਤੇ ਪਾਇਆ ਘਰਦਿਆਂ ਨੇ ਸ਼ੁਰੂ ਤੋਂ ਹੀ ਕਿ ਆਓ ਇੱਥੇ ਸੇਵਾ ਕਰੋ ਵਗੈਰਾ ਜੋ ਵੀ ਆ, ਅਤੇ ਚਲੋ ਸਾਨੂੰ ਬਹੁਤ ਵਧੀਆ ਲੱਗਦਾ ਅਤੇ ਅਸੀਂ ਅੱਗੇ ਸੇਵਾ ਕਰਦੇ ਹਾਂ, ਮੌਕਾ ਮਿਲਦਾ ਗੁਰੂ ਮਹਾਰਾਜ ਨੇ ਸਾਨੂੰ ਮੌਕਾ ਦਿੱਤਾ ਵਾ ਅਤੇ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਲੜ ਲਾਈ ਰੱਖਣ, ਆਪਣੇ ਤਰੱਕੀਆਂ ਬਖਸ਼ਣ। ਤਾਂ ਬਿਲਕੁਲ ਬਹੁਤ ਵਧੀਆ ਲੱਗਦਾ ਜਦੋਂ ਨੌਜਵਾਨ ਗੁਰੂ ਸਾਹਿਬਾਨਾਂ ਦੇ ਲੜ ਲੱਗਦੇ ਨੇ, ਸੇਵਾ ਦੇ ਵਿੱਚ ਭਾਗ ਲੈਂਦੇ ਨੇ, ਗੁਰੂ ਸਾਹਿਬ ਕਰਾਉਣ ਵਾਲੇ ਆਪ ਹੁੰਦੇ ਆ। ਸੋ ਇੱਕ ਤਸਵੀਰ ਹੋਰ ਦਿਖਾ ਦਿੰਦੇ ਹੈਗੇ ਆ ਜਿੱਥੇ ਇਹ ਇਮਾਰਤਾਂ ਤਿਆਰ ਕੀਤੀਆਂ ਜਾਂਦੀਆਂ, ਦੂਸਰੇ ਪਾਸੇ ਸੰਗਤਾਂ ਦੇ ਪ੍ਰਬੰਧ ਜਿਹੜੇ ਆ ਉਹ ਕਿਤੇ ਨਾ ਕਿਤੇ ਘੱਟ ਨਾ ਪੈਣ ਕਰਕੇ ਇਸ ਜਗ੍ਹਾ 'ਤੇ ਹੁਣ ਸਾਈਡ 'ਤੇ ਬਾਥਰੂਮ ਤਿਆਰ ਕੀਤੇ ਜਾ ਰਹੇ ਆ ਸੰਗਤਾਂ ਲਈ। ਉਸ ਤੋਂ ਇਲਾਵਾ ਜੇ ਗੱਲ ਕਰ ਲਈਏ ਤਾਂ ਜਿਹੜੀ ਇਹ ਪਿਛਲੀ ਮਾਰਕੀਟ ਸੀਗੀ ਉਸ ਦੇ ਨਾਲ ਇਹ ਸਾਰੀ ਇਮਾਰਤ ਤਿਆਰ ਕੀਤੀ ਜਾ ਰਹੀ ਆ ਜਿੱਥੇ ਸੰਗਤਾਂ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਸਕਣ। ਦੂਜੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਭਲਾਈ ਕੇਂਦਰ ਵਾਲਿਆਂ ਵੱਲੋਂ ਵੀ ਹਰ ਐਤਵਾਰ ਇਸ ਜਗ੍ਹਾ 'ਤੇ ਸੇਵਾ ਕੀਤੀ ਜਾਂਦੀ ਆ, ਚਾਹੇ ਉਹ ਕੋਲਡ ਡਰਿੰਕ ਹੋਵੇ ਜਾਂ ਅਲੱਗ ਅਲੱਗ ਪ੍ਰਕਾਰ ਦੇ ਮਿੱਠੇ ਜਲ ਹੋਣ, ਉਹਨਾਂ ਵੱਲੋਂ ਸੇਵਾ ਨਿਭਾਈ ਜਾਂਦੀ ਹੈਗੀ ਆ ਜਿੱਥੇ ਵੱਧ ਚੜ੍ਹ ਕੇ ਸੰਗਤਾਂ ਸਹਿਯੋਗ ਦਿੰਦੀਆਂ ਹੈਗੀਆਂ ਨੇ। ਸੋ ਜ਼ਰੂਰ ਹਰ ਕਿਸੇ ਨਾਲ
गलबात करने की जरूर कोशिश करांगे कि किस तरीके दे नाल जिहड़ी सेवा आ वो तुहाडे वल्लों निभाई जांदी है, किस तरीके दे नाल इत्थे तुसीं अपनी सेवा निभाउंदे। बाबा जी वाहिगुरु जी का खालसा हाँ वाहिगुरु जी की फतेह जी। मेरा नाम रणजीत सिंह गोल्डी है जी। भलाई केंद्र वाले वालों सेवा निभाई जाती हर ऐतवार? ये गुरु की कृपा नाल, बाबा दीप सिंह जी की असीस कृपा तरस नाल, भाई गुरु गोपाल सिंह जी, बीबी कोला जी, भलाई केंद्र वालों सारी बाबा दीप सिंह जी की तरस नाल सेवा निभाई जाती है। देखते हैं आप कि जो वीरवार प्रोग्राम होंगे बाबा जी का तो काफ़ी प्रचार करते हैं गुरसिखी जीवन नाल जोड़न वास्ते, सो की उद्देश देना चाहते हो संगत? नहीं असी तो बेनती ही करना ही चाहते हैं जी सारी संगत को, बाबा जी के घर आ के आप दर्शन करन, आप आ के वेखन। जिवें असी सुनते जो कुंभ का मेला होंदा है, ये बाबा दीप सिंह जी के घर का मेला, मतलब सड़क मतलब ब्लॉक हो सुल्तानविंड दरवाजे तो लैके चाटीविंड चौंक खंडे वाले चौंक तक तुसी वेखो आवाजाही बिल्कुल बंद है, संगत ही संगत है, जिधर तुसी निगाह मारोगे संगत ही संगत है। जिवें कहिंदे आ बाबा दीप सिंह जी के दर ते कोई आ के चुपहरा साहब कटदा, बाबा दीप सिंह जी उन्हां दे दुख कटदे ने। बाबा दीप सिंह जी आप ही सारी संगत कोलों सेवा लै रहे ने, जो बीबी कोला भलाई केंद्र वालों कार पार्किंग की सुविधा भी संगत दासे चट्ठा राइस मिल उत्थे चल रही है, जिहड़ी फ्लशां दी गड्डियां दी भी है इत्थे, पानी दी भी, लंगर दी भी, जो बाबा दीप सिंह जी होर भी बने जाने बड़िया संस्थावां सेवा कर रही हैं, श्रोमणी कमेटी भी सब तो वध करके सेवा कर रही है। असी दे मैनेजर साहब शहीदां साहब दे जो ये वो कहिंदे हुंदे आ शनिवार असी सारा इंतजाम करके जाने, जदों ऐतवार आने तो ऐतवार वो सारे जिहड़े प्रबंध होए हुंदे ने वो ऐ लगता है वो सब पिछे हो जाते हैं। बाबा दीप सिंह जी के घर का इन्ना प्यार लोग कर रहे हैं, ये नहीं अमृतसर वाले देश विदेश तो भी आ रहे हैं। सो जिवें कार सेवा भूरी वाले वालों भी इत्थे इमारतां तैयार की जा रही ने, संगतां दे बैठन वास्ते होर जगह तैयार की जा रही, सो उस दे प्रबंधां नूं किद्दां देखदे हो? वो भी बाबा जिहड़ी भूरी वाले महापुरश बहुत संगतां दे संयोग नाल सेवा लै रहे ने, ते बहुत वध चढ़ के सेवा कर रहे ने, बहुत तुसीं वेखदे ही पए हो वो तैयारी की हुंदी है, नाल ही उत्थे भी हर हफ्ते संगत दा पहरा लग जांदा आ के। गुरु की कृपा ना जी, सा वाहिगुरु जी की फतेह। देख सकते हो कि नौजवान जिवें सेवा कर रहे हैं गुरु के लड़ लगे, हर ऐतवार वड्डी गिनती दे विच संगतां दा इकट्ठ इस ही तरह भरपूर मात्रा दे विच देखण नूं मिलता है। हर एक संगत इस जगह पर आके अलग अलग प्रकार के लंगर लगाती है, ताजो संगतां जिहड़ियां दूर दुराडे आई हैं उन्होंने ढिड भर सकन, नाल दे नाल अंदर श्रोमणी गुरुद्वारा प्रबंधक कमेटी वालों भी प्रसादियां दी सेवा जिहड़ी आ वो लगातार चलती रहिंदी है। लंगर दे विच अलग अलग तरह दीआं सब्जियां कह दईए संगतां वास्ते वो भी तैयार कीतीआं जांदीआं ने, तां देख सकदे हो गर्मी दे जेकर हैगी आ थोड़ी बहुत तां उस नूं ध्यान विच रखदिआं होइआं भलाई केंद्र वाले वालों भी इत्थे अलग 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 कोल्ड ड्रिंक या चाहे पानी की सेवा कह लिए जल की सेवा कह लिए लगातार की जा रही हैगी है।